ਚੱਲ ਵੀ ਲਾ ਖਾਤੇ ਪਟਾਣੇ ਗੱਲ ਨਾਲ ਵੰਨਾ ਮੈਂ ਤੇ ਪੱਕਾ ਸਿਰੇ ਦਾ ਖੇਡਿਆ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ ਧੂੜ ਵਾਲਿਆ ਲੈ ਖੁਣ ਆਪਣੇ ਸਾਹਿਬ ਤੇ ਆ ਦੇਖੋ ਸਾਹਮਣੇ ਪਹਿਲਾ ਕਬੱਡੀ ਪਾ ਰਿਹਾ ਅਗਰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਹਾਂ ਸਰਦਾਰ ਜਸਪ੍ਰੀਤ ਸਿੰਘ ਜੀ ਮਾਨ ਸਰਦਾਰ ਬਲਜੀਤ ਸਿੰਘ ਜੀ ਸਿੱਧੂ ਯੂ ਐਸ ਏ 51,000 ਰੁਪਇਆ ਇਸ ਪਰਿਵਾਰ ਦਾ ਹੈ ਤੇ ਜੋ 24 ਚੜ੍ਹਦੀ ਕਲਾ ਰੱਖੇ ਉੱਧਰ ਦੇਖੋ ਸਾਹਮਣੇ ਸੋਹਣੇ ਬਰਾਬਰ ਗੱਡਾ ਗੇ ਪੰਜ ਬਰਾਬਰ ਗੱਡਾ ਗੇ ਸਮਾਂ ਪੀਤਾ ਜਾ ਰਿਹਾ ਤਾੜੀਆਂ ਮਾਰਦੇ ਕਈ ਦੋ ਟੀਮਾਂ ਦੇ ਲਈ ਉਹ ਜੇ ਮੈਚ ਦਾ ਸਵਾਦ ਆਉਣਾ ਤੇ ਤਾੜਾ ਪਿੱਟਾ ਸਾਰਾ ਮਾਰ ਦਿਓ ਖੇਡ ਟੀਮੋ ਉਹ ਕਹਿੰਦੇ ਕਬੱਡੀ ਦਾ ਸਵਾਦ ਹੈ ਕਿਹੜੀ ਟੀਮ ਜਿੱਤੂ ਹੈ ਸੀਰ ਦੱਸ ਮੇਰੇ ਵੀਰ ਐਨ ਕਹਿੰਦੇ ਦੋ ਟੀਮਾਂ ਦਾ ਸੱਚ ਝੂਠ ਦੇ ਨਤਾਰੇ ਵਿੱਚ ਹੋਣਗੇ ਮਨਾਂ ਕਿਹੜੀ ਟੀਮ ਜਿੱਤੀ ਆਈ ਦੱਸੋ ਇਹਦੇ ਵਿੱਚੋਂ ਕੜਿਆਲਾ ਜਿੱਤੂ ਰਿਹਾ ਜੀ ਕਿੰਨੇ ਪੁਆਇੰਟ ਹੈ ਸੀਰ ਦੱਸ ਜ਼ਰੂਰ ਮੇਰੇ ਵੀਰ ਨੋਟ ਕਰ ਲਓ ਮੇਰੇ ਵੀਰ ਕੰਡਿਆਣੇ ਦੀ ਟੀਮ ਦੇ 13 ਪੁਆਇੰਟ ਹੈ ਜਲਾਲਾਬਾਦ ਦੇ 10.5 ਪੁਆਇੰਟ ਹੈ ਕੰਡਿਆਣਾ ਇਸ ਮੈਚ ਦੀ ਜੇਤੂ ਟੀਮ ਬਹੁਤ ਧੰਨਵਾਦ ਅਸੀਂ ਕਰ ਰਹੇ ਨਾਲ ਦੇ ਨਾਲ ਸਾਡੇ ਦਾਨੀ ਸੱਜਣਾਂ ਸਭ ਦਾ ਬਹੁਤ ਸਤਿਕਾਰ ਕਰਾਂਗੇ ਸਰਦਾਰ ਜੰਗੀਰ ਸਿੰਘ ਜੀ ਮਨੀਲਾ ਵਾਲੇ 21,000 ਰੁਪਇਆ ਸਰਗੋਸ਼ੀ ਸਰਦਾਰ ਗੁਰਚਰਨ ਸਿੰਘ ਜੀ ਸਾਡੇ NLC ਵਾਲੇ ਉਹਨਾਂ ਦਾ ਵੀ ਵੱਡਾ ਧੰਨਵਾਦ ਅਸੀਂ ਸਤਿਕਾਰ ਕਰਾਂਗੇ ਇਹਨਾਂ ਵੱਲੋਂ ਵੱਡੇ ਟਾਣ 31,000 ਰੁਪਏ ਦੇ ਉੱਥੇ ਨਾਲ ਹੀ ਸਤਿਕਾਰ ਜੋਗ ਨੇ ਸਰਗੋਸ਼ੀ ਸਰਦਾਰ ਬਹੁਤ ਹੀ ਸਤਿਕਾਰ ਜੋਗ ਸਰਦਾਰ ਜਗਨ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਾਂਗੇ ਤੇ ਸਰਦਾਰ ਗੁਰਿੰਦਰ ਸਿੰਘ ਜੀ ਸਿੱਧੂ ਸਾਹਿਬ ਸਾਡੇ ਇਹਨਾਂ ਵੱਲੋਂ ਮੋਟਰਸਾਈਕਲਾਂ ਵਾਲੇ ਉਹਨਾਂ ਦਾ ਵੀ 15,000 ਰੁਪਏ ਦਾ ਵੱਡਾ ਯੋਗਦਾਨ ਹੈ ਸਰਦਾਰ ਮਨਪ੍ਰੀਤ ਸਿੰਘ ਜੀ ਮੀਟਾ ਅਗਲਾ ਮੈਚ ਆਪਾਂ ਸ਼ੁਰੂ ਕਰਾ ਦਈਏ ਭਰਾ ਜੀ ਗਰਾਊਂਡ ਦੇ ਵਿੱਚ ਜਿਹੜੀਆਂ ਸਕੋਰ ਟੀਮਾਂ ਆਈਆਂ ਬਾਈ ਪਿੱਛੋਂ ਕੇ ਬਹਿ ਜਾਓ ਤੁਹਾਡੀ ਬਾਕੀ ਮੈਚ ਸਿਰੇ ਦਾ ਤੇ ਜਿਹੜਾ ਸਾਈਕਲ ਵਾਲੇ ਗੱਲ ਕਰੀ 1476 ਨੰਬਰ ਸੀ ਬੂਟਿਆਂ ਮੈਨੂੰ ਪਤਾ ਹੈ ਉਹ ਅਜੇ ਤੱਕ ਬੰਦਾ ਨਹੀਂ ਪੁੱਜਿਆ ਉਧਰ ਤਾਰਾ ਸਿੰਘ ਲੰਬੜਦਾਰ ਸਾਹਿਬ ਕਹਿੰਦੇ ਆ ਵੀ ਆਪਾਂ ਪ੍ਰਬੰਧਕਾਂ ਨਾਲ ਮਿਲ ਕੇ ਇੱਕ ਪਰਚੀ ਹੋਰ ਚੱਕਾਂਗੇ ਤੇ ਉਹਦਾ ਜਿਹੜਾ ਸਾਈਕਲ ਕੱਢਾਂਗੇ ਸਰਦਾਰ ਮਨਪ੍ਰੀਤ ਸਿੰਘ ਜੀ ਦਾ 15,000 ਰੁਪਇਆ ਸਰਦਾਰ ਜਗਰੂਪ ਸਿੰਘ ਜੀ ਮਾਨ ਕਨੇਡਾ 12,000 ਰੁਪਇਆ ਇੰਦਰਜੀਤ ਸਿੰਘ ਜੀ ਸਾਡੇ ਸ਼ਾਹ ਜੀ 11,000 ਰੁਪਇਆ ਸਰਗੋਸ਼ੀ ਸਰਦਾਰ ਸ਼ੇਰ ਸਿੰਘ ਜੀ ਦੇ ਪਰਿਵਾਰ ਵੱਲੋਂ 11,000 ਰੁਪਇਆ ਸਰਦਾਰ ਸੂਰਤ ਸਿੰਘ ਜੀ ਮੱਲੀ ਸਾਹਿਬ 11,000 ਰੁਪਇਆ ਇਹਨਾਂ ਵੱਲੋਂ ਪੁੱਜਿਆ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਾਰੇ ਪਰਿਵਾਰਾਂ ਨੂੰ ਇਹਨਾਂ ਨੇ ਵੱਡੀ ਮਾਇਆ ਦੇ ਗੱਫੇ ਦਿੱਤੇ ਹੈ ਔਰ ਨਾਲ ਹੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਰਗੋਸ਼ੀ ਮਾਸਟਰ ਰਾਜ ਸਿੰਘ ਜੀ ਸ਼ਾਹ ਜੀ ਦੇ ਪਰਿਵਾਰ ਦਾ 11,000 ਰੁਪਇਆ ਸਰਗੋਸ਼ੀ ਸ਼੍ਰੀ ਰਾਮ ਪ੍ਰਕਾਸ਼ ਜੀ ਇਹਨਾਂ ਦੇ ਪਰਿਵਾਰ ਦਾ 11,000 ਰੁਪਇਆ ਸਰਦਾਰ ਜਸ ਇੰਦਰ ਸਿੰਘ ਜੀ ਜੱਸੇ ਲੰਬੜਦਾਰ ਸਾਹਿਬ ਜੀ ਵਾਸਤੇ 7500 ਰੁਪਇਆ ਮੂਵ ਸਪਰੇ ਭਾਜੀ ਗਰਾਊਂਡ ਦੇ ਵਿੱਚ ਦੇ ਦਿਓ ਜਿਹਨਾਂ ਸੱਜਣਾਂ ਦੇ ਕੋਲੇ ਆ ਉਹ ਮੂਵ ਸਪਰੇ ਸਾਨੂੰ ਦੇ ਦਿਓ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਪਾਸੇ ਦੇਖਾਂਗੇ ਕਹਿੰਦੇ ਕਬੱਡੀ ਦੇ ਮੈਦਾਨ ਦੇ ਵਿੱਚ ਆ ਮੈਚ ਹੈ ਉਧਰਲੇ ਬੰਨੇ ਜਿਹੜਾ ਮੈਚ ਸ਼ੁਰੂ ਹੋਣ ਲੱਗਾ ਨਾ ਸਾਡੇ ਲਖਵੀਰ ਸਿੰਘ ਜੀ ਪ੍ਰਧਾਨ ਕਨੇਡਾ ਹਰਜਿੰਦਰ ਸਿੰਘ ਜੀ ਮਿੰਟੋ ਸਾਡਾ ਵੀਰ ਹੈ ਹਰਜਿੰਦਰ ਸਿੰਘ ਜੀ ਤੇ ਨਾਲ ਬਾਈ ਮਿੰਟੋ ਕਹਿੰਦੇ ਕਾਦੇ ਬੋਲੇ ਵਾਲਾ ਕਹਿੰਦਾ ਉਹਨੇ ਕਹਿੰਦੇ 100-100 ਦੇ ਮਾਨ ਦਿੱਤੇ ਜਾਣਗੇ ਜਿੰਨੇ ਵੀ ਜੱਫੇ ਕਹਿੰਦੇ ਸ਼ਾਂਤੀ ਕਿਸ਼ਨਪੁਰੇ ਵਾਲਾ ਲਾਉਂਦਾ ਜੱਸਾ ਜੁਆਸੇ ਜਿੰਨੇ ਨਵੀਂ ਜੱਫੇ ਲਾਉਂਦਾ ਕਹਿੰਦੇ ਉਹਨੇ 100-100 ਹੋਣਗੇ ਬਾਈ ਬਾਰੀ ਬਾਰੀ ਆਇਓ ਅੱਧੇ ਗੁਰਚਰਨ ਤੋਂ ਬੁਲਾ ਲਓ ਅੱਧੇ ਮੇਰੇ ਤੋਂ ਪਹਿਲੀ ਗੱਲ ਮੇਰੇ ਵੀਰ ਉੱਪਰੋਂ ਵੀ ਜਿਹੜੇ ਮਾਨਸਮਾਨ ਬੋਲ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਬੰਨੇ ਕਿਸ਼ਨਪੁਰੇ ਦੀ ਟੀਮ ਕਬੱਡੀ ਦੇ ਗਰਾਊਂਡ ਦੇ ਵਿੱਚ ਬਿੱਲਾ ਕਹਿੰਦੇ ਕਬੱਡੀ ਉਧਰੇ ਬੰਨੇ ਲਖਵੀਰ ਸਿੰਘ ਜੀ ਸਾਡੇ ਪ੍ਰਧਾਨ ਕਨੇਡਾ ਹਰਜਿੰਦਰ ਸਿੰਘ ਜੀ ਤੇ ਮਿੰਟੂ ਕਾਦੇ ਬੜੇ ਵਾਲਾ ਕਿਸ਼ਨਪੁਰੇ ਵਾਲੇ ਹਰੇਕ ਪੁਆਇੰਟ ਤੇ ਦਲਵਿੰਦਰ ਮਾਨ ਸੀਮੈਂਟ ਵਾਲੇ ਨੇ ਹਰੇਕ ਪੁਆਇੰਟ ਤੇ 100 ਰੁਪਇਆ ਅਗਰ ਸਾਡੇ ਲੰਗਰ ਦੀ ਸੇਵਾ ਕਰ ਰਹੇ ਵੀਰ ਕਹਿੰਦੇ ਆ ਵੀ ਨਵਜੋਤ ਮਾਨ ਜਿੰਨੇ ਜੱਥੇ ਲਾਓ ਪਰ ਜੱਥੇ ਦਾ 200-200 ਰੁਪਏ ਦਾ ਮਾਨ ਸਨਮਾਨ ਹੋਣਾ ਹੈ ਲਾਗੀ ਮੰਨਾ 2300 ਟੀਮ ਜੇ ਜਿੱਤ ਜਾ 2100 ਰੁਪਇਆ ਕੁਲਵਿੰਦਰ ਮਾਨ ਕੈਨੇਡੀਅਨ ਰਾਜੂ ਮਾਨ ਕੈਨੇਡੀਅਨ ਸੁਖ ਲੈਣ ਲਾੜ ਵੱਲੋਂ ਜਲਾਲਾਬਾਦ ਲਈ 2100 ਰੁਪਇਆ ਕਿਸ਼ਨਪੁਰ ਵਿੱਚ ਜੇ ਜਿੱਤ ਜਾਂਦਾ ਅੰਦਰ ਗ੍ਰੇਡਾ ਜੀ ਸਾਡੇ ਕਹਿੰਦੇ ਵੀ ਟੀਮ ਦੇ ਲਈ ਵੱਡੇ ਮਾਨ ਸਨਮਾਨ ਹੋਣਗੇ ਲਾ ਹਰਜਿੰਦਰ ਆਲਖ ਤੇ ਲਖਵੀਰ ਸਿੰਘ ਜੀ ਪ੍ਰਧਾਨ ਕੈਨੇਡਾ ਟੁੱਟਿਆ ਆ
ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਸਾਡੇ ਪਾਰ ਹੈ ਜਾਂ ਫਿਰ ਰਮਨ ਜਾਲ ਜੀ ਕਹਿੰਦੇ 200 ਰੁਪਿਆ ਪਰ ਜੱਫੇ ਦਾ ਮਡੀਲਾ ਜਿਹੜੇ ਨਾਲ ਸਟਾਪਾਂ ਲਿਆ ਮੇਰਾ ਵੀ ਖਾਰੇ ਦੇ ਤੇ ਪੈਸੇ ਲਾਉਣੇ ਆ ਬਹੁਤ ਬਹੁਤ ਧੰਨਵਾਦ ਮੇਰੇ ਵੀ ਇਹ ਮਾਇਆ ਦੇ ਜੱਫੇ ਉਤਲੇ ਬੰਨੇ ਹਰਜਿੰਦਰ ਜਾਲ ਜੀ ਆ ਨਾਲ ਲਖਵੀਰ ਪ੍ਰਧਾਨ ਕੈਨੇਡਾ ਵਾਲੇ ਆ 2100 ਰੁਪਿਆ ਪਿੰਡ ਵਾਲੇ ਪਾਸੇ ਕਿਸੇ ਨੇ ਫੜਾਇਆ 2100 ਰੁਪਿਆ ਉਹਨਾਂ ਨੂੰ ਕੁਲਵਿੰਦਰ ਮਾਨ ਸੁਖ ਲਾਲ ਲਾਡ ਰਾਜੂ ਮਾਨ ਹੈਪੀ ਕੈਨੇਡੀਅਨ 2100 ਰੁਪਿਆ ਕਿਸੇ ਨੇ ਫੜਾ ਦੀ ਟੀਮ ਨੂੰ ਜੇ ਜਿੱਤ ਜਾਣਗੇ ਤਾਂ ਨਵਦੀਪ ਬਾਵਾ ਜੀ ਤੇ ਭੁਪਿੰਦਰ ਸਿੰਘ ਸਰਪੰਚ ਗੱਟੀ ਵਾਲੇ ਰਮਨ ਪਾਏ 500 ਰੁਪਏ ਰਮਨ 300 ਰੁਪਇਆ ਮੋਹਣਾ ਬਾਈ ਸੰਦੀਪ ਬਾਈ ਗੁਰਜੀਤ ਬੱਗਾ ਸਿਆਟਲ ਯੂਐਸ ਵਾਲੇ 100 ਰੁਪਇਆ ਰਮਨ ਜਾਲ ਜੀ ਕਹਿੰਦੇ 200 ਰੁਪਇਆ ਦੇਣਗੇ ਪਰ ਜੱਫੇ ਦਾ 200 ਪਾਰਾ ਜੀ ਬਿਠਾ ਲਈਏ ਰਮਨ ਜਾਲ ਮੁੰਡੀਲਾ ਵਾਲੇ ਬਹੁਤ ਬਹੁਤ ਧੰਨਵਾਦ ਕਰਦੇ ਮੇਰੇ ਇਕੱਠ ਵਜਾ ਦਾ ਮੇਰੇ ਵੀਰ ਬਹੁਤ ਬਹੁਤ ਸਰਕਾਰੀ ਆ ਸੋਲਾ ਮੇਰੇ ਵੀਰ ਉਹ ਰਜਿੰਦਰ ਮਾਨ ਹੈਪੀ ਹੈਪੀ ਮਾਨ ਰਜਿੰਦਰ ਸਿੰਘ ਕਿਸ਼ਨਪੁਰਾ ਜਿਹੜਾ ਕੈਨੇਡਾ ਰਹਿੰਦਾ ਉਹਦੇ ਕੋਲ 5000 ਰੁਪਇਆ ਜੇ ਕਿਸ਼ਨਪੁਰਾ ਜੱਫਾ ਲੈ ਜਾਣ 5000 ਇੱਕ ਜੱਫੇ ਦਾ ਹੈਪੀ ਮਾਨ ਜਿਹੜਾ ਆਪਣਾ ਬਹਾਪੁਰ ਬੱਤੀ ਵਾਲਾ ਰਜਿੰਦਰ ਸਿੰਘ ਜਿਹਦਾ ਨਾਂ ਹੈ ਕੈਨੇਡੀਅਨ ਕੈਨੇਡੀਅਨ 5000 ਜੱਫੇ ਦਾ 5000 ਰੁਪਇਆ ਜੱਫੇ ਦਾ ਦਿੱਤਾ ਜਾ ਰਿਹਾ ਹੈਪੀ ਮਾਨ ਕੈਨੇਡਾ ਅਗਰ ਦੇਖੋ 600 ਰੁਪਇਆ ਕੈਨੇਡੀਅਨ ਜਿਹੜਾ ਪਰ ਜੱਫੇ ਦੇ ਉੱਤੇ 700 ਰੁਪਏ ਦੇ ਮਾਨ ਸਨਮਾਨ ਕੀਤੇ ਜਾ ਰਹੇ ਆ ਉੱਪਰੋਂ ਸਾਡੇ ਭਾਜੀ ਐਲਾਨ ਕਰ ਰਹੇ ਆ ਰਾਜ ਝੋਟ ਤੜਪੇ ਵਾਲਾ ਉਹ ਵੀ ਕਹਿੰਦੇ ਸਰਜੀਤ ਸਾਹਿਬ 2100 ਰੁਪਇਆ ਸੁਖ ਲੈਣ ਲੜ ਕੁਲਵਿੰਦਰ ਮਾਨ ਰਾਜੂ ਮਾਨ ਇਹਨਾਂ ਲਈ 200 ਰੁਪਏ ਕਿਸੇ ਵਾਰੀ ਜਿਹੜੇ 500 ਰੁਪਇਆ ਨਵਦੀਪ ਬਾਵਾ ਤੇ ਭੁਪਿੰਦਰ ਸਿੰਘ ਸਰਪੰਚ ਕਹਿੰਦੇ 8000 ਰੁਪਇਆ ਹੋ ਗਿਆ ਗੱਡੀ ਦਾ 2 ਲੱਖ ਰੁਪਏ 5000 ਰੁਪਇਆ ਸਟਾਪਰ ਨੂੰ100 ਰੁਪਇਆ ਰੋਮਨ ਨੰਬਰ ਵਾਲੇ ਸਪੈਸ਼ਲ ਨਾਮ ਹੈ ਤੇ ਰੋਮਨ ਨੰਬਰ ਦਾ ਰੋਲ ਅਗਰ ਰੋਮੀ ਬੱਸ ਵਾਲੇ ਮੋਟੇ ਦਾ ਲਗਾ ਹੋਇਆ ਇੱਥੇ ਮੈਨੂੰ ਸਾਖਤਾ ਉਹਨੇ ਲਾਈਟ ਜਗਾ ਦੇ ਜਾਂਦਾ ਉੱਤੇ ਆ ਕੇ ਗੱਡੀ ਖੋਲ ਜਾਏਗਾ ਗੱਡੀ ਖੋਲ ਜਾਏਗਾ ਕੋ ਗਿਆ ਹੂਟਰ ਉੱਤੇ ਵੱਜਿਆ ਕੇ ਟਾਈਮ ਹੋਇਆ ਹੂਟਰ ਵਾਲੇ ਦੱਸਣ ਦੇਰੀ ਬਾਈ ਜੀ ਹੂਟਰ ਟਾਈਮ ਤੇ ਵੱਜਿਆ ਕੇ ਗਲਤ ਵੱਜ ਗਿਆ ਜ਼ਰੂਰ ਸਾਨੂੰ ਦੱਸਣ ਹੂਟਰ ਵਾਲੇ ਵੀ ਹੂਟਰ ਵਾਲਿਆ ਟਾਈਮ ਚ ਵੱਜਿਆ ਕਿ ਉਦਾਂ ਕੋਈ ਪ੍ਰੋਬਲਮ ਪੈ ਗਈ ਹੈ ਕਲਾਰਿਆ ਦੱਸੀ ਬਲਦੇਵ ਹੂਟਰ ਟਾਈਮ ਚ ਵੱਜਿਆ ਕਿ ਗਲਤ ਵੱਜਿਆ ਮਲਕੀਸ਼ ਬਾਈ ਤੋਂ ਵੀ ਜੁਮੀ ਬਾਈ ਸਾਂਭਲਾ ਮੇਰਾ ਵੀਰ ਹੈ ਕੋਈ ਗੱਲ ਨੀ ਆ ਜਾਓ ਮੇਰੇ ਵੀਰ ਕੋਈ ਗੱਲ ਨੀ ਤਾਰਾ ਸਿੰਘ ਜੀ ਸਾਰੇ ਪਲੇਅਰਾਂ ਨੂੰ ਇੱਧਰ ਭੇਜ ਦਿਓ ਉੱਧਰ ਪੂਰੀ ਪ੍ਰਬੰਧਕ ਦੇਖਾਂਗੇ ਤੁਸੀਂ ਉਹ ਗਰਾਊਂਡ ਚਲੋ ਮੇਰਾ ਵੀ ਕਮੇਟੀ ਆਪੇ ਦੇਖਦੇ ਆ ਦੇਖ ਕੇ ਤੋਂ ਦੱਸਦੇ ਫੈਸਲਾ ਕਰਦੇ ਆ ਚਲੋ ਚਲੋ ਗਰਾਊਂਡ ਚ ਬਿਲਕੁਲ ਸਹੀ ਗੱਲ ਆ ਜੀ ਮੈਂਬਰ ਸਾਹਿਬ ਤਾਰਾ ਮੈਂਬਰ ਜੀ ਤਾਰਾ ਮੇਰਾ ਵੀਰ ਮੈਂਬਰ ਸਾਹਿਬ ਦੇ ਦਿਓ ਗਰਾਊਂਡ
चलो ग्राउंड कमेटी देखते इतने। हाँ जी हाँ जी ठीक है जी, चलो चलो ग्राउंड। दलजीत शिकागो सड़ा दाते वाला भीर अपनी गड्डी के कोल पहुंच जाए। मैच शुरू करा दे, ढला की टीम है, कृपा करके थले बैठ जाए। लवी राज ढोट अपा बैठिए थले रह जाए। अमृतमान दसिया साडा वीर है, वह भी पुजिया, धन्यवाद करा अपा। उधरले बंदे परमिंदर मान जी कहते पर फिर 500 कृष्ण फिर जाफिया ली। मिंटू जी लखवीर जी साढ़े मिंटू भाजी करता बोड़ा, हरजिंदर सिंह जी अलख, लखवीर सिंह जी धीरी प्रधान कनेडा, जिन्हें जफे रुपया टोल आने का।